ਓਏ ਠੰਡ ਲੱਗ ਗਈ ਇਹਨੂੰ। ਅੱਛਾ ਜੀ ਇੰਨਾ ਕੁ ਤੰਗ ਆ ਨਾ ਇਸ ਮੁੰਡੇ। ਸਲਾਮ ਅਲੈਕੁਮ ਜੀ ਸੋਹਣਿਓ ਚੰਨ ਮੁਖਣੋ ਭਜਾ ਜਾ ਦੇ ਤਗੜਿਓ ਉਹ ਫੱਦ 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 ਗੱਡੀ ਗਈ। ਹਾਂਜੀ ਤੇ ਆਪਾਂ ਜੀ ਹੋਟ ਹੁਟ ਪਾਇਆ ਵਾ ਬਹੁਤ ਠੰਡ ਹੋ ਗਈ ਆ ਠੀਕ ਆ ਕਮਾਊ ਬਹੁਤ ਆਕੜਿਆ ਪਿਆ ਠੰਡ ਨਾਲ ਤੇ ਅੱਜ ਆਪਾਂ ਚੱਲੇ ਹਾਂ ਤੁਹਾਨੂੰ ਅੱਜ ਆਪਣਾ ਬਾਈਪਾਸ ਦਿਖਾਉਣਾ ਵਾ। ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਬਾਈਪਾਸ ਤੇ ਜ਼ਰਾ ਕੁ ਫਲ ਫਰੂਟ ਲੈ ਜਾਣਾ ਵਾ ਥੋੜ੍ਹੀ ਸ਼ੋਪਿੰਗ ਕਰ ਜਾਣੀ ਆ ਕਮਾਊ ਪੁੱਤ ਨੇ ਤੇ ਨਾਲ ਆਪਣੇ ਵੱਡੇ ਭਾਈ ਹੋਣੀ ਆ ਠੀਕ ਹੋ ਗਿਆ। ਪਾ ਮਿੰਟ ਮਾਰ ਗੱਡੀ ਕੱਢ ਯਾਰ ਗਾ ਫਿਰ ਏਦਾਂ ਹੀ ਆ ਜੀ ਏਦਾਂ ਹੀ ਆ ਇਹ ਬਸ ਚਲਾਉਂਦੇ ਹੀ ਆ ਗੱਡੀਆਂ ਸਫਾਈ ਸਫੀ ਬਸ ਏਦਾਂ ਹੀ ਆ ਇਹਨਾਂ ਦੀ। ਹਾਂਜੀ ਹੈਗਾ ਤੇਲ ਪਾ ਹੈਗਾ ਤੇਲ ਆਵਾਜ਼ ਆਉਂਦੀ 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 ਆਵਾਜ਼ ਬਾਈ ਆਉਂਦੀ ਆਵਾਜ਼। ਹਾਂਜੀ ਤੇ ਯੂਟਿਊਬ ਫੈਮਲੀ ਆਏ ਠੰਡ ਬਹੁਤ ਹੋ ਗਈ ਆ ਠੀਕ ਆ ਅਤੇ ਆਪਾਂ ਇਸ ਟਾਈਮ ਚੱਲੇ ਹਾਂ ਠੀਕ ਹੋ ਗਿਆ ਨਾਲ ਆਪਣੇ ਵੱਡੇ ਭਾਈ ਆ ਭਾਈ ਆ ਨਹੀਂ ਕਿ ਆਇਆ ਜੀ ਉਹ ਠੰਡ ਲੱਗ ਗਈ ਇਹਨੂੰ। ਅੱਛਾ ਜੀ ਇਹ ਭਾਈ ਸਿੰਘ ਨਿਕਲ ਆਇਆ ਸਾਡੀ ਗੱਡੀ ਦਾ ਲਓ ਜੀ ਆ ਸਿੰਘ ਹੈ ਸਾਡੀ ਗੱਡੀ ਦਾ। ਇਸ ਟਾਈਮ ਆਪਾਂ ਚੱਲੇ ਹਾਂ ਕਮਾਊ ਪੁੱਤ ਤੇ ਐਂਡ ਵੱਡਾ ਭਾਈ। ਹਾਂ ਕੀ ਹੋਇਆ ਜੀ ਉਹ ਰੋਂਦੀ ਕਿਉਂ ਹੈ ਆ ਉਹ ਕਹਿੰਦੀ ਮੰਮੀ ਨਾਲ ਜਾਣਾ। ਉਹ ਨਹੀਂ 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 ਮੇਰਾ ਮੋਟਾ ਕਿਤੇ ਉਹ ਚਿੜੀਆ ਫੜ ਲਾ ਯਾਰ ਉਹਨੂੰ ਪਿੱਛੇ ਸਟੂਡੈਂਟ ਕਿੱਦਾਂ ਹਾਂਜੀ ਯੂਟਿਊਬ ਵਲੋਗਿੰਗ ਕਮਾਊ ਪੁੱਤ ਮੇਰਾ ਬਿੱਲ ਲੈ ਲਓ ਜਾਂ ਲਓ ਜੀ ਆਪਾਂ ਇਸ ਟਾਈਮ ਰੁਕ ਗਏ ਆ ਮਾਣੀ ਆਪਣੀ ਲੈਣ ਵਾਸਤੇ ਮਾਣੀ ਜਿਹੜਾ ਕਿ ਰੋਈ ਦਰੋਂ ਦੀ ਨਾਲ ਜਾਣਾ ਸੀ ਤੁਹਾਡੇ ਸੱਚੀ ਓਏ ਹੋਏ 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 ਮਾਰ ਜੇ ਕੋਈ ਕਸਕ ਥਰੂ ਨਾਲ ਵਗਦਾ ਹੈ ਚਾਹ ਤੋਰਦਾ ਯਾਰ ਫੜ ਲਾ ਘੁੱਟ ਕੇ ਪਾਪਾ ਹਾਂਜੀ ਯੂਟਿਊਬ ਫੈਮਿਲੀ ਆਪਾਂ ਬਸ ਚੱਲੇ ਹਾਂ ਜੀ ਅਤੇ ਮਾਣੋ ਬਹੁਤ ਰੋਂਦੀ ਸੀਗੀ ਮਾਣੋ ਨੂੰ ਲੈ ਕੇ ਚੱਲੇ ਹਾਂ ਨਾਲ ਮਾਣੋ ਬਹਿ ਗਈ ਹੈ ਵਿੱਚ ਆਹ ਵੇਖੋ ਮਾਣੀ ਮਾਣੀ ਕਹੋ ਆ ਰਹਾ ਅਤੇ ਆਪਾਂ ਇਸ ਟਾਈਮ ਜਾ ਰਹੇ ਹਾਂ ਜੀ ਫੁੱਲ ਭਾਰ ਨਾਲ ਨਾਲ ਆਪਣੇ ਵੱਡੇ ਭਾਜੀ ਨੇ ਹਫਤ ਸਾਹਿਬ ਉਹਦਾ ਨਾਮ ਮੁਹੰਮਦ ਉਹ ਬੱਸ ਕਰ ਭਾਈ ਬੱਸ ਕਰ ਬੱਸ ਕਰ ਯੂਟਿਊਬ ਫੈਮਿਲੀ ਯਾਰ ਬੰਦੇ ਨੇ ਬਹੁਤ ਬੜਾ ਚੜਾ ਕੇ ਮੇਰਾ ਨਾਂ ਦੱਸਿਆ ਲੇਕਿਨ ਮੈਂ ਸਿਰਫ ਟੋਪੀ ਇਸ ਤੋਂ ਪਾਈ ਆ ਕਿ ਮੇਰੇ ਵਾਲਾਂ 'ਚ ਕੰਘਾ ਫੇਰਨ ਵਾਲਾ ਸੀ ਤੂੰ ਜਿਹਦੇ ਆਪਣੇ ਦੇਹ ਦੰਦ ਨਿਕਲਣ ਬਾਜੀ ਲੈ ਲੈ ਤੇਰਾ ਕਮਾਊ ਪੁੱਤ ਨਾਲ ਆਪਣੇ ਹੈਗੇ ਜੀ ਹਾਫਿਜ਼ ਸਾਹਿਬ ਮੈਂ ਤੈਨੂੰ ਕਿਹਾ ਵਾ ਕਿ ਝੂਠ ਨਾ ਬੋਲ। ਅੱਛਾ ਜੀ ਮੈਂ ਤੈਨੂੰ ਇਹ ਕਹਿ ਰਿਹਾ ਵਾ ਯੂਟਿਊਬ ਫੈਮਿਲੀ ਨੂੰ ਮੈਂ ਦੱਸ ਚੁੱਕਿਆ ਵਾਂ ਮੈਂ ਟੋਪੀ ਸਿਰਫ ਇਸ ਤੋਂ ਪਾਈ ਆ ਕਿ ਮੇਰੇ ਵਾਲਾਂ 'ਚ 5 ਰੁਪਏ ਵਾਲਾ ਬੰਬ ਫਟਿਆ ਸੀ। ਅੱਛਾ ਜੀ ਹਾਂਜੀ ਉਹ ਯਾਰ ਗੰਦ ਤੁਹਾਨੂੰ ਵਿਖਾਉਂਦੇ ਹਾਂ ਆਹ ਗੰਦ ਵੇਖੋ ਠੀਕ ਆ ਯਕੀਨਨ ਤੁਸੀਂ ਵੀ ਕਿਸੇ ਨਾ ਕਿਸੇ ਇਲਾਕੇ 'ਚ ਦੇਖਿਆ ਹੋਣਾ ਵਾ ਹਾਂ ਗੰਦ ਚੱਕ ਕਰੋ ਜੀ ਗੰਦ ਚੱਕ ਕਰੋ ਤੁਸੀਂ ਬਸ ਕੈਸਾ ਗੰਦ ਨਜ਼ਾਰੇ ਆ ਰਹੇ ਫਿਰ ਤੁਹਾਨੂੰ ਆਪਾਂ ਤੁਹਾਡੇ ਕਮਾਊ ਪੁੱਤ ਠੀਕ ਆ ਸੋਹਣਿਓ ਠੰਡ ਬਹੁਤ ਆ ਠੀਕ ਆ ਇਸ ਟਾਈਮ ਸਿੰਡੀ ਚੋ ਰਹੀ ਹੈ ਕਮਾਊ ਪੁੱਤ ਨਾਲ ਜੀ ਅਤੇ ਕਮਾਊ ਪੁੱਤ ਨੇ ਅੱਜ ਹੁੱਟ ਪਾਇਆ ਪੂਰੇ ਭਾਰ ਨਾਲ ਅਤੇ ਜਾ ਰਹੇ ਹਾਂ ਫੁੱਲ ਭਾਰ ਨਾਲ ਨਾਲ ਆਪਣੇ ਵੱਡੇ ਭਾਈ ਆ ਅਤੇ ਆਪਾਂ ਯਾਰ ਅੱਜ ਬਸ ਚੱਲੇ ਹਾਂ ਆਪਾਂ ਉਹ ਯਾਰ ਵੇ ਨਾਲੇ ਅਤੇ ਸੱਤ ਵੇ ਕਿਹੜਾ ਫਲ ਮਿਲਦਾ ਭਾ ਕਿਹੜਾ ਫਲ ਮਿਲਦਾ ਯਾਰ ਦੱਸਾਂ ਯਾਰ ਅੱਗ ਤਬਕਾ ਤੇ ਜ਼ੁਬਾਨੀ ਇਹ ਫਲ ਕਿਹੜਾ ਆ ਗਿਆ ਭਾ ਵੱਡੇ ਇਹੀ ਤਾਂ ਜਾ ਕੇ ਵੇਖਣਾ ਵੀ ਸੁਬਹ ਸੁਬਹ ਕਿਹੜਾ ਫਲ ਵਾ ਜਿਹੜਾ ਇਸ ਟਾਈਮ ਮਿਲ ਜਾਂਦਾ ਹਾਂ ਫੈਮਲੀ ਇਸ ਟਾਈਮ ਧੁੰਦ ਵੀ ਪਈ ਆ ਹਲਕੀ ਹਲਕੀ ਠੀਕ ਆ ਧੁੰਦ ਵੀ ਵੇਖ ਲਓ ਫਲ ਫੁੱਲ ਲੱਗਾ ਵਾ।
ਸੀਗਾ ਬਜਟ ਹੋ ਗਈ ਸਾਡੀ ਇੱਥੇ ਸਾਨੂੰ ਬਹੁਤ ਦੂਰ ਤੱਕ ਘੁੰਮਣਾ ਪੈਣਾ ਸੀਗਾ ਠੀਕ ਆ ਆਹ ਸਾਡਾ ਅੱਡਾ ਹੈ ਜੀ ਅੱਡਾ ਸਾਰਾ ਠੀਕ ਆ ਆਪਾਂ ਤੁਹਾਡੇ ਕਮਾਊ ਪੁੱਤ ਅਤੇ ਆਪਾਂ ਇਸ ਟਾਈਮ ਪੰਪ 'ਤੇ ਚੱਲੇ ਹਾਂ ਜੀ ਖੋਹ ਪੰਪ 'ਤੇ ਠੀਕ ਆ ਨਹੀਂ ਜੀ ਫਿਲਹਾਲ ਆਪਾਂ ਇੱਥੇ ਆਏ ਹਾਂ ਠੀਕ ਆ ਹਾਂਜੀ ਅਤੇ ਯੂਟਿਊਬ ਫੈਮਲੀ ਆਪਾਂ ਇਸ ਟਾਈਮ ਖਲੋਤੇ ਹਾਂ ਜੀ ਆਪਣੇ ਅੱਡੇ 'ਤੇ ਅਤੇ ਇਹ ਸਾਡੀ ਮਾਣੋ ਆ ਮਾਣੋ ਮਾਣੋ ਤਾਂ ਦੇਖੋ ਸਾਹਮਣੇ ਦੇਖੋ ਸਾਹਮਣੇ ਇਹ ਮਾਨੀ ਬਾਏ ਬਾਏ ਕਰ ਦਿਉ ਸਭ ਕੁਛ ਹਾਏ ਕਰ ਦਿਉ ਐਸੇ ਕਰ ਦਿਉ ਐਸੇ ਮਾਣੀ ਅਤੇ ਵੱਡਾ ਭਾਈ ਜਿਹੜਾ ਕੋਈ ਸਾਹਮਣੇ ਖਲੋਤਾ ਵਾ ਤੁਹਾਨੂੰ ਦਿਖਾਉਂਦੇ ਭਾਈ ਉਹ ਬੈਂਕ 'ਚ ਖਲੋਤਾ ਵਾ ਏ ਟੀ ਐੱਮ ਕਢਾਉਣ ਪੈਸੇ ਕਢਾਉਣ ਵਾਸਤੇ ਖਲੋਤਾ ਸਾਡਾ ਚੈਨਲ ਆਪਣੇ ਸੋਹਣਾ ਜਿਹਾ ਹੱਥਾਂ ਨਾਲ ਲਾਈਕ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਕਿਉਂਕਿ ਜੇ ਬੈਲ ਆਈਕਨ ਦਾ ਬਟਨ ਤੁਸੀਂ ਨਾ ਦਬਾਓਗੇ ਤਾਂ ਤੁਹਾਡੇ ਆਪਾਂ ਜਿਲ੍ਹਾ 'ਚ ਨਹੀਂ ਵਸਣਾਂਗੇ ਠੀਕ ਆ ਇਸ ਕਰਕੇ ਸਾਡਾ ਜਿਹੜਾ ਚੈਨਲ ਦਾ ਲਾਈਕ ਸਬ ਉਹ ਜੀ ਲੱਸੀ ਪੈ ਰਹੀ ਹੈ ਆਹ ਜੀ ਉਹ ਪੰਪ 'ਤੇ ਅਸੀਂ ਖਲੋਤੇ ਹਾਂ ਇਸ ਟਾਈਮ ਅਤੇ ਪੋਸਟਰ ਪਵਾਇਆ ਬਾਈ ਨੇ ਟੈਂਕੀ ਫੁੱਲ ਕਰਾ ਲਈ ਨਹੀਂ ਫੁੱਲ ਅੱਛਾ 200 ਦੇ ਫੁੱਲ 200 ਦੇ ਛਿੱਟੇ ਹੀ ਆਏ ਥੋੜ੍ਹੇ ਜਿਹੇ ਲਓ ਜੀ ਬਸ ਹੁਣ ਆਪਾਂ ਚੱਲੇ ਹਾਂ ਹੁਣ ਸਿਰਫ ਫਲ ਫਰੂਟ ਰਹਿ ਗਿਆ ਆਪਾਂ ਲੈਣ ਵਾਲਾ ਅਤੇ ਫਿਰ ਨਿਕਲੀਏ ਘਰ ਵੱਲ ਨੂੰ ਭਾਈ ਯਾਰ ਮਿੰਟ ਮਾਰ ਲਾ ਯਾਰ ਪਾਣੀ ਗਿਣੀ ਜਾਂਦਾ ਉਦੋਂ ਦੀ ਯਾਰ ਲਓ ਜੀ ਫਿਲਹਾਲ ਅਸੀਂ ਕੇਲੇ ਕੂਲੇ ਵੇਖਣ ਵਾਸਤੇ ਖਲੋਤੇ ਹੋਏ ਹਾਂ ਠੀਕ ਆ ਜੇ ਸਾਨੂੰ ਕੇਲੇ ਸ਼ੇਲੇ ਲੱਭ ਜਾਣ ਅਤੇ ਇਹ ਹੈਗਾ ਜੀ ਆਪਣਾ ਅੱਡਾ ਬਾਈਪਾਸ ਦਾ ਅਤੇ ਤੁਸੀਂ ਦੇਖ ਸਕਦੇ ਹੋ ਠੀਕ ਆ ਲਓ ਜੀ ਇਸ ਟਾਈਮ ਫਲ ਫਰੂਟ ਵੇਖਣ ਵਾਸਤੇ ਖਲੋ ਗਏ ਹਾਂ ਕਮਾਊ ਪੁੱਤ ਅਤੇ ਕਮਾਊ ਪੁੱਤ ਦਾ ਵੱਡਾ ਭਾਈ ਆ ਲਓ ਜੀ ਸਾਨੂੰ ਫਲ ਨਹੀਂ ਪਸੰਦ ਆਇਆ ਹੈਗਾ ਪਿੱਛੇ ਵੀ ਫਲ ਵੇਖਿਆ ਨਹੀਂ ਪਸੰਦ ਆਇਆ ਅਤੇ ਇੱਥੇ ਵੀ ਨਹੀਂ ਆਇਆ ਹੁਣ ਲਾਦਾ ਨਿਕਲਣ ਲੱਗੇ ਆ ਸੇਬ ਤਾਂ ਬਹੁਤ ਚੰਗੇ ਲੱਗੇ ਇੱਥੇ ਯਾਰ ਕਹਿਣੇ ਕਿ ਨਹੀਂ ਕਿੱਥੇ ਆਉਣਾ ਯਾਰ ਸਰ ਜੀ ਕਿਸ ਤਰ੍ਹਾਂ ਕੇਲਾ ਅਤੇ ਫਿਰ ਅਸੀਂ ਦੱਸ ਸਕਦੇ ਹਾਂ ਵੀ ਅਸੀਂ ਕਿੰਨਾ ਲੈਣਾ ਭਾਈ 120 ਵਾਲੀ ਵੇਚਦੇ ਛੋਟਾ ਕੇਲਾ 100 ਰੁਪਏ ਸਰਕਾਰ ਉਹ ਕਿਹੜਾ ਵੈਸੇ ਨਜ਼ਰ ਆ ਗਿਆ ਯਾਰ ਤਗੜਾ ਕਿਲਾ ਆ ਕਿਲਾ ਨਾ ਮਹਿੰਗਾ ਵਾ ਕਿਲਾ 100 ਰੁਪਏ ਤੋਂ ਆ ਯਾਰ ਤੂੰ ਕਿਲਾ ਹੀ ਖਾਣ ਰਿਹਾ ਭੈਣ ਯਾਰ ਨਹੀਂ ਚੈੱਕ ਕਰੋ ਕੋਈ ਨਹੀਂ ਤਸੱਲੀ ਕਰੋ ਤੁਸੀਂ ਸਾਡੀ ਸਾਰੀਆਂ ਸ਼ਿਕਾਇਤਾਂ ਰਖਾਈ ਜਾਂਦਾ ਅਗਲੇ ਨੂੰ ਹਾਂ ਵਧੀਆ ਵਾ ਕਿਲੇ ਹੀ ਫਰਕ ਨਹੀਂ ਹੈਗਾ ਇਨਸ਼ਾਅੱਲਾ ਜਿਹੜੀ ਗੱਲ ਕਹਿੰਦੀ ਉਹੀ ਹੋਈ ਕਰਾਲਾ ਫਿਰ ਉਹ ਮੋਟੇ ਮੋਟੇ ਤਿੰਨ ਦਰਜਣਾ ਲੈਣ ਯਕੀਨ ਕਰੋ ਅਸੀਂ 150 ਵਿਚਣਾ ਕਿਲਾ 140 150 ਵਿਚਣਾ ਇੱਕ ਕਿਲਾ ਨਹੀਂ ਜੀ ਅਸੀਂ ਚੱਲ ਕੇ ਆਏ ਹਾਂ ਮੁਹੱਬਤ ਤੁਹਾਨੂੰ ਪਾਉਣੀ ਪੈਣੀ ਵੀ ਬੜੀ ਚੱਲ ਕੇ ਹੋਏ ਹੋਏ ਮੁਹੱਬਤ ਤਾਂ ਤੁਹਾਨੂੰ ਪਾਉਣੀ ਪੈਣੀ ਕਿੰਨੇ ਤਿੰਨ ਦਰਜਣਾ ਕਰ ਲੇਕਿਨ ਮੁਹੱਬਤ ਪਾ ਕੇ ਅਤੇ ਜੇ ਮੁਹੱਬਤ ਨਾ ਪਾਈ ਪਾਈ ਹੋਇਆ ਫਿਰ ਫਿਰ ਕਹਿ ਦਾਂਗੇ ਇਸ਼ਕ ਪਾ ਲਓ ਕਿੰਨੀ ਮਹਿੰਗਾਈ ਆ ਕਿਤੇ ਕੱਚਾ ਕੇਲਾ ਨਾ ਹੋਵੇ ਯਾਰ ਬੜੀ ਮਿਹਰਬਾਨੀ ਨਹੀਂ ਨਹੀਂ ਭਾਈ ਥੋੜ੍ਹੀ ਜੀ ਕੇਲਾ ਆ ਆਪਾਂ ਠੀਕ ਆ ਭਾਈ ਸਾਨੂੰ ਕੇਲਾ ਜਿੱਦਾਂ ਚੱਕਣ ਵਾਸਤੇ ਮੈਂ ਕਿਹਾ ਜੀ ਹੋ ਗਿਆ ਜਿਹੜਾ ਖਾਧਾ ਉਹ ਵੀ ਤਾਂ ਤੁਸੀਂ ਦਿੱਤਾ ਨਾ ਨਹੀਂ ਨਹੀਂ ਇਹ ਵੀ ਉਹ ਜੀ ਅਸਟਮ ਆਪਾਂ ਖੋਤੇ ਆ ਜੀ ਮਸਮੀਆਂ ਲੈਣ ਵਾਸਤੇ ਨਹੀਂ ਹੋ ਗਈ ਹੋਣੀ ਇਹ ਹੋ ਗਈ 4-5 ਕਿਲੋ ਨਾ ਬਸ ਇੰਨਾ ਵਜਨ ਨਹੀਂ ਨਿਕਲਦਾ ਬਾਈ ਆ ਵੀ ਰੇੜੀ ਬਾਈ ਹੋਣਾ ਦੀ ਆ ਠੀਕ ਆ ਇੱਥੇ ਖਲੋਤੇ ਆ ਇਸ ਟਾਈਮ ਆਪਾਂ ਨਾਲ ਆਪਣੇ ਇੰਨੇ ਦੋ ਪਏ ਸਾਡੇ ਮਸਮੀਆਂ ਆਪਾਂ ਕਰਾ ਲਈਆਂ ਵਾ ਠੀਕ ਆ ਨਿਕਲਣ ਲੱਗੇ ਹਾਂ ਜੀ ਘਰ ਨੂੰ ਮੈਂ ਤਾਂ ਵੱਡਾ ਬਾਈ ਅਤੇ ਮਸਮੀਆਂ ਲੈ ਲਈਆਂ ਆਪਾਂ ਅਤੇ ਜਿਹੜਾ ਕਿ ਹੁਣ ਕੇਲੇ ਵੀ ਲੈ ਲਏ ਅਤੇ ਆਪਾਂ ਨਿਕਲਣ ਲੱਗੇ ਹਾਂ ਕਾਰ ਤਾਂ ਤੁਹਾਨੂੰ ਸਸਤੇ ਲੱਭ ਗਏ ਆ ਲਓ ਜੀ ਫਲ ਫਰੂਟ ਚੈੱਕ ਕਰ ਲਓ ਤੁਸੀਂ ਕਿਹਦਾ ਜੀ ਠੀਕ ਆ ਅਤੇ ਫਲ ਫਰੂਟ ਆਪਾਂ ਖਰੀਦ ਲਿਆ ਵਾ ਅਤੇ ਹੁਣ ਕਮਾਊ ਪੁੱਤ ਹੁਣ ਜਿਹੜਾ ਨਿਕਲਣ ਲੱਗੇ ਆ ਬਸ 5 ਮਿੰਟ ਦੀ ਦੇਰੀ ਆ ਹੋਰ ਚੱਲ ਭਾਈਆ ਇੰਨੀ ਦੇਰ ਯਾਰ ਇਹ ਗਿਣਤੀ ਹੁੰਦੀ ਮੈਂ ਕਹਿੰਦਾ ਯੂਟਿਊਬ ਫੈਮਲੀ ਆਪਾਂ ਇਸ ਟਾਈਮ ਕੇਲੇ ਅਤੇ ਮਸਮੀਆਂ ਫੜ ਕੇ ਬੈਠੇ ਹਾਂ ਭਾਈ ਦੇ ਮਗਰ
ਭਾਈ ਨੇ ਮਸਾਂ ਹੀ ਕਾਬੂ ਕੀਤੇ ਬੰਦੇ ਠੀਕ ਆ ਭਾਈ ਵੀਰੀ ਜਾਣ ਜਾ ਜਨਾਂ ਦਾ ਸਾਡਾ ਭਾਈ ਆ ਜਿਹੜਾ ਕਾਕਾ ਆ ਗਿਆ ਵੀ ਸਾਂ ਟਰਲ ਆ ਗਿਆ ਵੀ ਚਾਤਾ ਵੀ ਵੀ ਚਾਤਾ ਵੀ ਇਹ ਕਾਹ ਖੜਾ ਵਾ ਠੀਕ ਆ ਭਾਈ ਅੱਗੋਂ ਦੇਖ ਕੇ ਯਾਰ ਭਾਜੀ ਰਾਹ ਸਾਫ ਆ ਹੁਣ ਆਪਾਂ ਨਿਕਲੀਏ ਲੋਏ ਲੋਏ ਸੋਹਣਿਓ ਬਿੱਲੀਓ ਆਪਾਂ ਇਸ ਟਾਈਮ ਜੁਲੇ ਨਾਲ ਮਾਹੌਲ ਕਰਾਤਾ ਵਾ ਆਹ ਫੁੱਲ ਲੈ ਲਿਆ ਤੇ ਹੁਣ ਜਾ ਰਹੇ ਹਾਂ ਉੱਡਦੇ ਘਰ ਨੂੰ ਜਾ ਰਹੇ ਹਾਂ ਆਪਾਂ ਮੈਂ ਤੇ ਵੱਡਾ ਭਾਈਆ ਨਾਲ ਸਾਡੀ ਨਿੱਕੀ ਜੀ ਮਾਂ ਵਾ ਉੱਡਦੇ ਜਾ ਰਹੇ ਹਾਂ ਜੀ ਫਿਲਹਾਲ ਉੱਡਦੇ ਜਾ ਰਹੇ ਹਾਂ ਯਾਰ ਮੈਂ ਕਿਹਾ ਕਿਲੇ ਇੱਕ ਅੱਧਾ ਚੱਖ ਨਾ ਲਈਏ ਪਿੱਛੇ ਬੈਠਿਆਂ ਬੈਠਿਆਂ ਮੈਂ ਕਿਹਾ ਚੈੱਕ ਤਾਂ ਕਰੀਏ ਖੱਟਾ ਵਾ ਮਿੱਠਾ ਵਾ ਕਿੱਦਾਂ ਦਾ ਵਾ ਨਰਮ ਆ ਪੋਲਾ ਵਾ ਕਿੱਦਾਂ ਦਾ ਵਾ ਜੇ ਸਭ ਤੋਂ ਹੈ ਤਾਂ ਭਾਈ ਮੋੜ ਆਵਾਂਗੇ ਆਪਾਂ ਹੋਰ ਕਰਾਂਗੇ ਫਿਰ ਲਓ ਜੀ ਗੱਡੀ ਮੁੜਦੀ ਪਈ ਆ ਰਸ਼ ਬਹੁਤ ਪੈ ਗਿਆ ਵਾ ਠੀਕ ਆ ਰਸ਼ ਵੀ ਚੈੱਕ ਕਰ ਲਓ ਰਸ਼ ਪੈ ਗਿਆ ਅੱਛਾ ਰਸ਼ ਪੈ ਗਿਆ ਰਸ਼ ਪਾ ਦਿਆਂਗੇ ਰਸ਼ ਠੀਕ ਆ ਪਾਕਿਸਤਾਨੀਆਂ ਦਾ ਜਿਹੜਾ ਨਾ ਮਸ਼ਹੂਰ ਵਾ ਰਸ਼ ਪਾ ਦਿਆਂਗੇ ਰਸ਼ ਲਓ ਜੀ ਆਹ ਸਾਡਾ ਘਰੋਂ ਜਾਂਦਾ ਵਾ ਰਸਤਾ ਠੀਕ ਆ ਕੋਲ ਵਾ ਅਤੇ ਇਹ ਰਸਤਾ ਜਿਹੜਾ ਵਾ ਹਰੀ ਸਿੰਘ ਵਾਲਾ ਵੱਜਦਾ ਸਾਰਾ ਹੀ ਠੀਕ ਆ ਅਤੇ ਬਹੁਤ ਹੀ ਨਜ਼ਾਰਾ ਵਾ ਵੀ ਆਈ ਪੀ ਕੈਂਟ ਮਾਹੌਲ ਆ ਕੈਂਟ ਮਾਹੌਲ ਕੈਂਟ ਅਤੇ ਕਹਿੰਦਾ ਸ਼ਿਕਾਨਾ 'ਚ ਬਣਦੀ ਪਈਆਂ ਵਾ ਠੀਕ ਆ ਅਤੇ ਅੱਧੀਆਂ ਕੁਛ ਬਣ ਗਈਆਂ ਹੋਈਆਂ ਠੀਕ ਆ ਬਹੁਤ ਹੀ ਵਧੀਆ ਵੀ ਇਹ ਵੀ ਮਾਹੌਲ ਜਿਹਾ ਲੱਗਣ ਅਤੇ ਆਹ ਸਾਡੇ ਸਾਰੇ ਦੁਕਾਨਦਾਰ ਨੇ ਅਤੇ ਆਪਾਂ ਜਾ ਰਹੇ ਹਾਂ ਇਸ ਟਾਈਮ ਹੁਣ ਮੋਬਾਇਲ ਦੀ ਬੈਟਰੀ ਇਸ ਟਾਈਮ ਰਹਿ ਗਈ ਆ ਜੇ 10% ਅਤੇ ਕਮਾਊ ਪੁੱਤ ਹੋਣੀ ਜਿਹੜੇ ਇਸ ਟਾਈਮ ਵਲੋਗਿੰਗ ਦੇ ਆ ਕਰਨ ਪੂਰੇ ਭਾਰ ਨਾਲ ਵਲੋਗਿੰਗ ਨਹੀਂ ਬੰਦ ਹੋਣੀ ਠੀਕ ਆ ਭਾਵੇਂ ਬੈਟਰੀ 1% ਰਹਿ ਜੇ ਅਤੇ ਭਾਵੇਂ ਰਹਿ ਜੇ 0% ਆ ਵੱਡਾ ਭਾਈ ਆ ਆਪਣੇ ਨਾਲ ਭਾਈ ਵੱਡੇ ਭਾਈ ਦਾ ਮੋਬਾਇਲ ਆ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਮਾਊ ਪੁੱਤ ਕੋਲ ਇਹ ਮੋਬਾਇਲ ਨਹੀਂ ਹੈ ਅਤੇ ਕਮਾਊ ਪੁੱਤ ਹਜੇ ਭਾਈਆਂ ਦੇ ਮੋਬਾਇਲ 'ਤੇ ਬਲੂਟੂਥ ਵਿਆਹ ਕਰਨਾ ਅਤੇ ਭਾਈਆਂ ਨੇ ਲੈ ਕੇ ਜਾਣਾ ਮੋਬਾਇਲ ਅਤੇ ਜਾਂ ਆਪਣੇ ਮੋਬਾਇਲ ਨਾ ਹੈਗਾ ਕਿਉਂ ਭਾ ਯੂਟਿਊਬ ਫੈਮਿਲੀ ਮੈਂ ਇੰਨਾ ਕੁ ਤੰਗ ਆ ਨਾ ਇਸ ਮੁੰਡੇ ਤੋਂ ਆਪਣੇ ਵਲੋਗਰ ਭਾਈ ਤੋਂ ਆਹ ਵੇਖ ਲਓ ਜੀ ਆਹ ਵੱਡੇ ਭਰਾ ਵਾ ਇਹ ਜੀ ਅੱਜ ਜੁਮਾ ਆ ਨਾ ਅਤੇ ਅੱਜ ਸਾਰੀ ਦਿਹਾੜੀ ਮੈਨੂੰ ਮੋਬਾਈਲ ਫੜਨਾ ਨਸੀਬ ਨਹੀਂ ਹੋਣਾ ਇਹਨੂੰ ਕਹੀ ਦਾ ਇਸ ਤੋਂ ਨਹੀਂ ਗਾ ਵੀ ਯਾਰ ਸਾਨੂੰ ਵੀ ਇਸਤੇਮਾਲ ਕਰ ਲੈਂਦੇ ਇਹਨੇ ਕਹਿਣਾ ਸਾਨੂੰ ਵੀ ਲੈ ਮੈਨੂੰ ਵੀ ਲੈ ਕੇ ਦਿਓ ਇਸ ਤੋਂ ਵੱਡੇ ਖਰਚੇ ਨਾਲੋਂ ਚੰਗਾ ਵਾ ਦਿਹਾੜੀ ਸਬਰ ਕਰ ਜਾਓ ਇਸ ਕਰਕੇ ਆਪਾਂ ਇਹਦਾ ਦਾਤ ਆਪਾਂ ਨਾ ਲਾਈ ਰੱਖਦੇ ਹਾਂ ਫੁੱਲ ਪੋਲਾ ਠੀਕ ਆ ਬਸ ਯਾਰ ਮੋਬਾਇਲ ਸ਼ਬੈਲ ਲੈਣਾ ਵਾ ਹੁਣ ਛੱਡ ਦੇਵਾਂਗੇ ਮੋਬਾਇਲ ਕਿਉਂਕਿ ਮੋਬਾਇਲ ਤੋਂ ਬਗੈਰ ਨਾ ਯਾਰ ਸਾਹ ਜਿਹੜਾ ਨਾ ਉਹ ਨਹੀਂ ਫਿਰ ਆਉਂਦਾ ਯਾਰ ਕੀ ਮਤਲਬ ਨੈੱਟ ਬੰਦ ਹੋ ਜਾਏ ਨਾ ਤਾਂ ਸਾਹ ਜਮ੍ਹਾਂ ਹੀ ਆਉਂਦਾ ਹੀ ਨੀਗਾ ਤੈਨੂੰ ਪਤਾ ਨੈੱਟ ਜਿਹੜੀ ਜ਼ਰੂਰੀ ਆ ਤਾਂ ਬਹੁਤ ਹੈ ਅਤੇ ਨੈੱਟ ਵੱਧ ਸਭ ਹੋ ਜੀ ਆ ਆਪਾਂ ਹੁਣ ਆ ਗਏ ਹਾਂ ਜੀ ਘਰ ਵਾਪਸੀ ਆ ਗਏ ਹਾਂ ਅਤੇ ਰੋਟੀ ਖਾਧੀ ਸੀਗੇ ਪਰਾਂਠੇ ਪਰੂਠੇ ਚੰਗੇ ਪਾੜੇ ਸੀਗੇ ਉਹ ਸਾਰੇ ਹਜਮ ਹੋਜਮ ਹੋ ਗਏ ਆ ਅਤੇ ਸਾਡੇ ਡੈਡੀ ਜਾਣਾ ਇਸ ਟਾਈਮ ਡੈਡੀ ਖਲੋਤੇ ਆ ਪੱਪੂ ਬੱਚੇ ਬਣ ਕੇ ਖਲੋਤੇ ਆ ਇਸ ਟਾਈਮ ਠੀਕ ਆ ਆਏ ਲਓ ਜੀ ਫਲ ਫਰੂਟ ਲੈਂਦਾ ਜੀ ਖੁੱਲ੍ਹੇ ਹੀ ਕੰਮ ਜੀ ਖੁੱਲ੍ਹੇ ਹੀ ਕੰਮ ਨਹੀਂ ਯਾਰ ਲਓ ਜੀ ਫਲ ਫਰੂਟ ਲੈ ਲਿਆ ਆਪਾਂ ਅਤੇ ਹੁਣ ਇਸ ਟਾਈਮ ਆਪਾਂ ਘਰ ਆ ਗਏ ਹਾਂ ਝੂਲਦੇ ਝੂਲਦੇ ਵਜੇ ਚੁੱਕਿਆ ਹੋਇਆ ਇਸ ਟਾਈਮ ਆਪਾਂ ਹਾਏ 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 ਹੁੰਦਾ ਬੰਦੇ ਫਲ ਆ ਗਏ ਕਮਾਪੋ ਤੋਂ ਫਲ ਲੈ ਆਏ ਜੀ ਇਹ ਫਲ ਘਰ ਵਾਸਤੇ ਨਹੀਂ ਹੈਗਾ